ਸਤਿ ਸ਼੍ਰੀ ਅਕਾਲ ਸਟੂਡੈਂਟਸ, ਸਾਡਾ ਟੋਪਿਕ ਚੱਲ ਰਿਹਾ ਹੈ ਡਿਵੈਲਪਮੈਂਟ ਸਪੋਰਟ ਕਮਿਊਨੀਕੇਸ਼ਨ। ਅੱਜ ਇਸਦਾ ਅਸੀਂ ਥਰਡ ਪਾਰਟ ਕਰਨ ਜਾ ਰਹੇ ਹਾਂ। ਅੱਜ ਅਸੀਂ ਡਿਸਕਸ ਕਰਾਂਗੇ ਕਿ ਡਿਵੈਲਪਮੈਂਟ ਸਪੋਰਟ ਕਮਿਊਨੀਕੇਸ਼ਨ ਦਾ ਕੀ ਰੋਲ ਹੁੰਦਾ ਹੈ ਐਨਰਜੀ ਐਂਡ ਇਨਵਾਇਰਮੈਂਟ ਦੇ ਵਿੱਚ। ਸਭ ਤੋਂ ਪਹਿਲਾਂ ਇਹ ਚੀਜ਼ ਨੂੰ ਅੰਡਰਸਟੈਂਡ ਕਰੋ ਕਿ 1987 ਦੇ ਵਿੱਚ ਵਰਲਡ ਕਮਿਸ਼ਨ ਔਨ ਇਨਵਾਇਰਮੈਂਟ ਐਂਡ ਡਿਵੈਲਪਮੈਂਟ ਨੇ ਆਪਣੀ ਇੱਕ ਰਿਪੋਰਟ ਪਬਲਿਸ਼ ਕੀਤੀ ਸੀ, ਆਰ ਕੋਮਨ ਫਿਊਚਰ। ਉਸਦੇ ਵਿੱਚ ਕਲੀਅਰਲੀ ਉਹਨਾਂ ਨੇ ਮੈਂਸ਼ਨ ਕੀਤਾ ਸੀ ਕਿ ਇਨਵਾਇਰਮੈਂਟ ਅਤੇ ਡਿਵੈਲਪਮੈਂਟ ਇੰਟਰਲਿੰਕਡ ਹਨ, ਯਾਨੀ ਕਿ ਇਨਵਾਇਰਮੈਂਟ ਅਤੇ ਡਿਵੈਲਪਮੈਂਟ ਦਾ ਆਪਸ ਦੇ ਵਿੱਚ ਕਨੈਕਸ਼ਨ ਹੁੰਦਾ ਹੈ। ਵਰਲਡ ਕਮਿਸ਼ਨ ਔਨ ਇਨਵਾਇਰਮੈਂਟ ਐਂਡ ਡਿਵੈਲਪਮੈਂਟ ਯੂਨਾਈਟਿਡ ਨੇਸ਼ਨਸ ਦੀ ਇੱਕ ਬੋਡੀ ਹੈ। 1987 ਦੇ ਵਿੱਚ ਜਦੋਂ ਇਹਨਾਂ ਨੇ ਆਪਣੀ ਰਿਪੋਰਟ ਆਰ ਕੋਮਨ ਫਿਊਚਰ ਪੇਸ਼ ਕੀਤੀ ਸੀ ਤਾਂ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿਸੇ ਵੀ ਦੇਸ਼ ਦੇ ਵਿਕਾਸ ਦੇ ਵਿੱਚ ਵਾਤਾਵਰਣ ਦਾ ਅਹਿਮ ਰੋਲ ਹੁੰਦਾ ਹੈ, ਅਤੇ ਜੇਕਰ ਵਾਤਾਵਰਣ ਨਾਲ ਸੰਬੰਧਿਤ ਬਹੁਤ ਸਾਰੀਆਂ ਸਮੱਸਿਆਵਾਂ ਕਿਸੇ ਦੇਸ਼ ਨੂੰ, ਨੇਸ਼ਨ ਨੂੰ ਜਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਫੇਸ ਕਰਨੀਆਂ ਪੈ ਰਹੀਆਂ ਹਨ, ਤਾਂ ਉਹ ਕਿਤੇ ਨਾ ਕਿਤੇ ਸਾਡੇ ਵਿਕਾਸ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ। ਏਰੀਆਸ, ਜਦੋਂ ਅਸੀਂ ਐਨਰਜੀ ਐਂਡ ਇਨਵਾਇਰਮੈਂਟ ਦੀ ਗੱਲ ਕਰਦੇ ਹਾਂ, ਵਾਤਾਵਰਣ ਦੀ ਗੱਲ ਕਰਦੇ ਹਾਂ, ਤਾਂ ਉਸ ਦੇ ਵਿੱਚ ਕਿਹੜੇ ਕਿਹੜੇ ਏਰੀਆਜ਼ ਨੂੰ ਸ਼ਾਮਿਲ ਕੀਤਾ ਜਾਂਦਾ ਹੈ, ਜਿਨ੍ਹਾਂ ਦੇ ਉੱਤੇ ਸਾਡਾ ਫੋਕਸ ਹੁੰਦਾ ਹੈ, ਜਿਨ੍ਹਾਂ ਦੀ ਸਾਨੂੰ ਸਟੱਡੀ ਕਰਨੀ ਪੈਂਦੀ ਹੈ? 1 ਇਜ਼ ਪਾਪੂਲੇਸ਼ਨ ਐਂਡ ਫੂਡ ਸਿਕਿਉਰਿਟੀ। ਸਭ ਤੋਂ ਪਹਿਲਾਂ ਇਹ ਦੇਖਿਆ ਜਾਂਦਾ ਹੈ ਕਿ ਕਿੰਨੀ ਪਾਪੂਲੇਸ਼ਨ ਹੈ ਅਤੇ ਕੀ ਉੱਥੋਂ ਦੇ ਲੋਕਾਂ ਨੂੰ ਫੂਡ ਸਪਲਾਈ ਹੋ ਰਹੀ ਹੈ, ਯਾਨੀ ਕਿ ਭੁੱਖਮਰੀ, ਹੰਗਰ ਇੱਦਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਤਾਂ ਨਹੀਂ ਕਰਨਾ ਪੈ ਰਿਹਾ ਹੈ? ਜਦੋਂ ਜ਼ਿਆਦਾ ਪਾਪੂਲੇਸ਼ਨ ਹੁੰਦੀ ਹੈ ਉਸਦਾ ਇਨਵਾਇਰਮੈਂਟ ਦੇ ਉੱਤੇ ਡਾਇਰੈਕਟ ਇੰਪੈਕਟ ਪੈਂਦਾ ਹੈ। ਰੀਜ਼ਨ ਇਹ ਹੁੰਦਾ ਹੈ ਕਿ ਲੋਕ ਜਿਹੜੇ ਆ ਉਹ ਆਪਣੀ ਪ੍ਰੋਗਰੈਸ ਦੇ ਲਈ ਸਭ ਤੋਂ ਜ਼ਿਆਦਾ ਕੁਦਰਤ ਦੇ ਨਾਲ ਹੀ ਛੇੜਛਾੜ ਕਰਨੀ ਸ਼ੁਰੂ ਕਰ ਦਿੰਦੇ ਆ, ਜਿੱਦਾਂ ਰੁੱਖਾਂ ਦਾ ਕੱਟਣਾ। ਇਹ ਸਭ ਤੋਂ ਵੱਡੀ ਪ੍ਰੋਬਲਮ ਇਹੀ ਹੈ ਕਿ ਅਸੀਂ ਲੈਂਡ ਜਿਹੜੀ ਹੈ ਨਾ ਉਹ ਜ਼ਿਆਦਾ ਰੱਖਣ ਦੇ ਲਈ ਜਾਂ ਇੰਡਸਟਰੀ ਲਗਾਉਣ ਦੇ ਚੱਕਰ ਦੇ ਵਿੱਚ ਜਾਂ ਜ਼ਿਆਦਾ ਪਾਪੂਲੇਸ਼ਨ ਹੋਣ ਦੇ ਕਾਰਨ ਰਹਿਣ ਦੇ ਚੱਕਰ ਦੇ ਵਿੱਚ ਅਸੀਂ ਸਭ ਤੋਂ ਜ਼ਿਆਦਾ ਜੋ ਇਨਵਾਇਰਮੈਂਟ ਹੈ ਉਸਨੂੰ ਪ੍ਰਦੂਸ਼ਿਤ ਕਰ ਰਹੇ ਹੁੰਦੇ ਹਾਂ। ਸੈਕਿੰਡ, ਲੋਸ ਆਫ ਸਪੀਸੀਜ਼ ਐਂਡ ਰਿਸੋਰਸਿਸ। ਬਹੁਤ ਸਾਰੀਆਂ ਇੱਦਾਂ ਦੇ ਜੀਵ ਜੰਤੂਆਂ ਦੀਆਂ ਜਾਤੀਆਂ ਹਨ, ਪ੍ਰਜਾਤੀਆਂ ਹਨ, ਜੋ ਹੌਲੀ ਹੌਲੀ ਹੁਣ ਲੁਪਤ ਹੋ ਰਹੀਆਂ ਹਨ। ਸੋ ਇਹਦੇ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਕਿਹੜੀਆਂ ਇੱਦਾਂ ਦੀਆਂ ਪ੍ਰਜਾਤੀਆਂ ਹਨ ਜੋ ਲੁਪਤ ਹੋ ਰਹੀਆਂ ਹਨ, ਅਤੇ ਕਿਹੜੇ ਇੱਦਾਂ ਦੇ ਰਿਸੋਰਸਿਸ ਹਨ ਜੋ ਸਾਡੇ ਨੇਸ਼ਨ ਦੇ ਵਿੱਚ ਜਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਘੱਟ ਹੋ ਰਹੇ ਨੇ। ਤੀਸਰਾ, ਐਨਰਜੀ ਯਾਨੀ ਕਿ ਊਰਜਾ ਦੀ ਸਟੱਡੀ ਹੁੰਦੀ ਹੈ। ਚੌਥਾ, ਇੰਡਸਟਰੀ ਯਾਨੀ ਕਿ ਉਦਯੋਗ, ਕਿੱਦਾਂ ਦੀਆਂ ਇੰਡਸਟਰੀਜ਼ ਲੱਗ ਰਹੀਆਂ ਹਨ, ਕਿੰਨੀਆਂ ਇੰਡਸਟਰੀਜ਼ ਲੱਗ ਰਹੀਆਂ ਹਨ, ਉਹ ਬੇਸਿਕਲੀ ਇੰਡਸਟਰੀ ਕਿਸ ਉੱਤੇ ਬੇਸਡ ਹੈ, ਉਸ ਇੰਡਸਟਰੀ ਦੇ ਨਾਲ ਕਿੰਨਾ ਪੋਲਿਊਸ਼ਨ ਹੋ ਰਿਹਾ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ ਜਦੋਂ ਅਸੀਂ ਇਨਵਾਇਰਮੈਂਟ ਦੀ ਗੱਲ ਕਰਦੇ ਹਾਂ। ਨੈਕਸਟ ਇਜ਼ ਕਲਾਈਮੇਟ ਚੇਂਜ। ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇਸ ਟਾਈਮ ਦੇ ਉੱਤੇ ਗਲੋਬਲ ਵਾਰਮਿੰਗ ਜਿਹੜਾ ਹੈ ਉਹ ਸਭ ਤੋਂ ਮੇਜਰ ਇਸ਼ੂ ਬਣ ਚੁੱਕਾ ਹੋਇਆ ਹੈ। ਗਲੋਬਲ ਵਾਰਮਿੰਗ ਦੇ ਕਾਰਨ ਸਾਡਾ ਜੋ ਕਲਾਈਮੇਟ ਹੈ, ਮੌਸਮ ਦੇ ਵਿੱਚ ਤਬਦੀਲੀ ਹੈ, ਉਹ ਬਹੁਤ ਜ਼ਿਆਦਾ ਆ ਰਹੀ ਹੈ। ਕਦੀ ਬਹੁਤ ਜ਼ਿਆਦਾ ਬਾਰਿਸ਼ ਹੋ ਜਾਣੀ, ਕਦੀ ਬਿਲਕੁਲ ਸੁੱਕਾ ਪੈ ਜਾਣਾ। ਸੋ ਗਲੋਬਲ ਵਾਰਮਿੰਗ ਦੇ ਕਾਰਨ ਜੋ ਆਪਾਂ ਇੰਟਰਨੈਸ਼ਨਲ ਲੈਵਲ ਦੀ ਗੱਲ ਕਰੀਏ ਤਾਂ ਟੈਂਪਰੇਚਰ ਬਹੁਤ ਜ਼ਿਆਦਾ ਰਾਈਜ਼ ਹੋ ਰਿਹਾ ਹੈ। ਜਿਹੜੀ ਸਾਡੀ ਓਜ਼ੋਨ ਲੇਅਰ ਹੈ ਉਸਦੀ ਪਰਤ ਜਿਹੜੀ ਹੈ ਉਹ ਬਹੁਤ ਜ਼ਿਆਦਾ ਪਤਲੀ ਹੁੰਦੀ ਜਾ ਰਹੀ ਹੈ, ਅਤੇ ਉਸਦਾ ਜੋ ਇੰਪੈਕਟ ਹੈ ਉਹ ਬਹੁਤ ਜ਼ਿਆਦਾ ਸਾਡੇ ਇਨਵਾਇਰਮੈਂਟ 'ਤੇ ਪੈ ਰਿਹਾ ਹੈ। ਸੋ ਕਲਾਈਮੇਟ ਚੇਂਜ ਜਿਹੜਾ ਹੈ ਬਹੁਤ ਜ਼ਿਆਦਾ ਫ੍ਰੀਕੁਐਂਟਲੀ ਹੋ ਰਿਹਾ ਹੈ, ਲਗਾਤਾਰ ਸਾਡੇ ਮੌਸਮ ਦੇ ਵਿੱਚ ਤਬਦੀਲੀ ਹੁੰਦੀ ਜਾ ਰਹੀ ਹੈ, ਅਤੇ ਇਸਦਾ ਸਭ ਤੋਂ ਵੱਡਾ ਰੀਜ਼ਨ ਹੈ ਗਲੋਬਲ ਵਾਰਮਿੰਗ। ਡਿਵੈਲਪਮੈਂਟ ਸਪੋਰਟ ਕਮਿਊਨੀਕੇਸ਼ਨ ਔਨ ਐਨਰਜੀ ਅਤੇ ਇਨਵਾਇਰਮੈਂਟ ਦੇ ਵਿੱਚ ਕੀ ਰੋਲ ਪਲੇ ਕਰ ਸਕਦਾ ਹੈ? 1 ਇਜ਼ ਟੂ ਸ਼ੇਅਰ ਇਨਫੋਰਮੇਸ਼ਨ ਟੂ ਲੋਕਲ ਕਮਿਊਨਿਟੀਜ਼। ਸਭ ਤੋਂ ਪਹਿਲਾਂ ਤਾਂ ਇਹ ਹੁੰਦਾ ਹੈ ਕਿ ਜੋ ਵੀ ਸਾਡੀਆਂ ਲੋਕਲ ਕਮਿਊਨਿਟੀਜ਼ ਆ ਉਹਨਾਂ ਤੱਕ ਇਨਫੋਰਮੇਸ਼ਨ ਪਹੁੰਚਾਓ, ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਇਨਫੋਰਮੇਸ਼ਨ ਜਿਹੜੀ ਹੈ ਇੱਕ ਕਲਾਸ ਤੱਕ ਹੀ ਸੀਮਤ ਰਹਿ ਜਾਂਦੀ ਹੈ। ਪਰ ਸਾਨੂੰ ਇਹ ਚੀਜ਼ ਨਹੀਂ ਭੁੱਲਣੀ ਚਾਹੀਦੀ ਕਿ ਕਿਸੇ ਵੀ ਕੰਟਰੀ ਦੀ ਡਿਵੈਲਪਮੈਂਟ ਦੇ ਵਿੱਚ ਅਤੇ ਇਨਵਾਇਰਮੈਂਟ ਪ੍ਰੋਟੈਕਸ਼ਨ ਦੇ ਵਿੱਚ ਹਰ ਇੱਕ ਕਮਿਊਨਿਟੀ ਦਾ ਆਪਣਾ ਇੰਪੋਰਟੈਂਟ ਰੋਲ ਹੁੰਦਾ ਹੈ। ਸੋ ਸਭ ਤੋਂ ਪਹਿਲਾਂ ਅਸੀਂ ਅਵੇਅਰ ਕਰਾਂਗੇ, ਪਰ ਅਵੇਅਰ ਕਰਨ ਤੋਂ ਪਹਿਲਾਂ ਵੀ ਉਹਨਾਂ ਨੂੰ ਇਨਫੋਰਮੇਸ਼ਨ ਪਹੁੰਚਾਉਣੀ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਇਨਫੋਰਮੇਸ਼ਨ ਸ਼ੇਅਰ ਕਰਾਂਗੇ ਤਾਂ ਹੀ ਅਸੀਂ ਉਹਨਾਂ ਨੂੰ ਅਵੇਅਰ ਕਰ ਸਕਦੇ ਹਾਂ। ਸੈਕਿੰਡ ਇਜ਼ ਟੂ ਡਿਸਕਸ ਲੋਕਲ ਇਨਵਾਇਰਮੈਂਟਲ ਪ੍ਰੋਬਲਮਸ। ਜੋ ਵੀ ਲੋਕਲ ਲੈਵਲ ਦੇ ਵਿੱਚ ਵਾਤਾਵਰਣ ਨਾਲ ਸੰਬੰਧਿਤ ਪ੍ਰੋਬਲਮਸ ਫੇਸ ਕਰਨੀਆਂ ਪੈ ਰਹੀਆਂ ਹਨ, ਚਾਹੇ ਉਹ ਰੁੱਖਾਂ ਨੂੰ ਕੱਟਣਾ ਹੋਵੇ, ਚਾਹੇ ਉਹ ਪੋਲਿਊਸ਼ਨ ਦੀ ਸਮੱਸਿਆ ਹੋਵੇ, ਚਾਹੇ ਉਹ ਐਨਰਜੀ ਅਤੇ ਹੋਰ ਰਿਸੋਰਸਿਸ ਜਿਹੜੇ ਆ ਘੱਟ ਰਹੇ ਹੋਣ ਉਸ ਦੀ ਸਮੱਸਿਆ ਹੋਵੇ, ਜੋ ਵੀ ਇਨਵਾਇਰਮੈਂਟ ਦੇ ਨਾਲ ਰਿਲੇਟਿਡ ਪ੍ਰੋਬਲਮਸ ਹੁੰਦੀਆਂ ਹਨ ਉਹਨਾਂ ਨੂੰ ਡਿਸਕਸ ਕਰਨਾ ਬਹੁਤ ਜ਼ਰੂਰੀ ਹੈ। ਟੂ ਅਲਾਓ ਪਬਲਿਕ ਕਮੈਂਟਸ,
ਲੋਕਾਂ ਨੂੰ ਆਪਣੇ ਕਮੈਂਟ ਯਾਨੀ ਕਿ ਆਪਣੀ ਗੱਲ ਆਪਣੇ ਵਿਚਾਰ ਖੁੱਲ੍ਹ ਕੇ ਰੱਖਣ ਦਾ ਮੌਕਾ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਕੋਈ ਵੀ ਚੀਜ਼ ਜਿਹੜੀ ਹੈ ਓਨੀ ਦੇਰ ਤੱਕ ਸਾਨੂੰ ਸਲਿਊਸ਼ਨ ਨਹੀਂ ਮਿਲੇਗਾ ਜਿੰਨੀ ਦੇਰ ਤੱਕ ਆਪਾਂ ਪਬਲਿਕ ਨੂੰ ਅਲਾਓ ਨਹੀਂ ਕਰਾਂਗੇ ਆਪਣੇ ਵਿਚਾਰਾਂ ਨੂੰ ਪੇਸ਼ ਕਰਨ ਦੇ ਲਈ ਸੋ ਜਿਹੜੀ ਇਹ ਵਨ ਵੇ ਪ੍ਰੋਸੈਸ ਨਹੀਂ ਹੋਣਾ ਚਾਹੀਦਾ ਟੂ ਵੇ ਪ੍ਰੋਸੈਸ ਹੋਣਾ ਚਾਹੀਦਾ ਹੈ ਪਬਲਿਕ ਨੂੰ ਆਪਣੀ ਡਿਸਕਸ਼ਨ ਆਪਣੇ ਵਿਊਜ਼ ਆਪਣੇ ਕਮੈਂਟਸ ਜਿਹੜੇ ਉਹ ਐਕਸਪ੍ਰੈਸ ਕਰਨ ਦਾ ਪੂਰਾ ਰਾਈਟ ਦੇਣਾ ਚਾਹੀਦਾ ਹੈ ਉਸ ਤੋਂ ਬਾਅਦ ਹੈ ਟੂ ਇਨਕਰੇਜ ਡਿਸਕਸ਼ਨ ਔਨ ਇਨਵਾਇਰਮੈਂਟਲ ਸੋਲੂਸ਼ਨਸ ਦੇਖੋ ਪ੍ਰੋਬਲਮ ਸਾਨੂੰ ਪਤਾ ਹੈ ਬਹੁਤ ਸਾਰੀਆਂ ਹੈ ਹੁਣ ਇਹ ਹੈ ਕਿ ਉਸ ਪ੍ਰੋਬਲਮ ਦਾ ਸੋਲੂਸ਼ਨ ਅਸੀਂ ਦੇਖਣਾ ਹੈ ਸੋ ਇਨਵਾਇਰਮੈਂਟ ਦੀਆਂ ਸਮੱਸਿਆਵਾਂ 'ਤੇ ਡਿਸਕਸ ਕਰਨ ਦੀ ਬਜਾਏ ਇਨਵਾਇਰਮੈਂਟਲ ਸੋਲੂਸ਼ਨਸ 'ਤੇ ਡਿਸਕਸ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਵਾਤਾਵਰਨ ਨਾਲ ਸੰਬੰਧਿਤ ਕਿਹੜੀਆਂ ਪ੍ਰੋਬਲਮਸ ਹੈ ਜੋ ਕਿਸੇ ਨੇਸ਼ਨ ਨੂੰ ਜਾਂ ਇੰਟਰਨੈਸ਼ਨਲ ਲੈਵਲ 'ਤੇ ਫੇਸ ਕਰਨੀਆਂ ਪੈ ਰਹੀਆਂ ਹੈ ਅਤੇ ਉਹਨਾਂ ਨੂੰ ਅਸੀਂ ਓਵਰਕਮ ਕਿੱਦਾਂ ਕਰ ਸਕਦੇ ਹਾਂ ਸੋ ਇਹ ਡਿਸਕਸ਼ਨ ਜਿਹੜੀ ਹੈ ਇੰਟਰਪਰਸਨਲ ਵੀ ਹੋਣੀਆਂ ਚਾਹੀਦੀਆਂ ਅਤੇ ਇਹ ਡਿਸਕਸ਼ਨ ਜਿਹੜੀ ਹੈ ਮਾਸ ਮੀਡੀਆ ਲੈਵਲ 'ਤੇ ਹੋਣੀਆਂ ਚਾਹੀਦੀਆਂ ਹੈ ਮੀਡੀਆ ਆਰਗੇਨਾਈਜੇਸ਼ਨਸ ਨੂੰ ਇਨਵਾਇਰਮੈਂਟਲ ਪ੍ਰੋਬਲਮਸ ਦੇ ਉੱਤੇ ਇਨਵਾਇਰਮੈਂਟਲ ਸੋਲੂਸ਼ਨਸ ਦੇ ਉੱਤੇ ਜ਼ਿਆਦਾ ਤੋਂ ਜ਼ਿਆਦਾ ਡਿਸਕਸ਼ਨ ਕਰਨੀ ਚਾਹੀਦੀ ਹੈ ਐਕਸਪਰਟਸ ਨੂੰ ਬੁਲਾਉਣਾ ਚਾਹੀਦਾ ਹੈ ਮੋਰ ਓਵਰ ਲੋਕਾਂ ਨੂੰ ਆਪਣੀ ਫੀਡਬੈਕ ਦੇਣ ਦਾ ਵੀ ਇੱਕ ਵੇ ਦੇਣਾ ਚਾਹੀਦਾ ਹੈ ਐਨਰਜੀ ਕੰਜ਼ਰਵੇਸ਼ਨ ਇਸ ਤੋਂ ਇਲਾਵਾ ਆਪਾਂ ਊਰਜਾ ਸੰਰਕਸ਼ਣ ਯਾਨੀ ਕਿ ਊਰਜਾ ਨੂੰ ਸੰਭਾਲ ਕੇ ਰੱਖਣ ਦੇ ਲਈ ਲੋਕਾਂ ਨੂੰ ਅਵੇਅਰ ਕਰ ਸਕਦੇ ਹਾਂ ਸੋ ਡਿਵੈਲਪਮੈਂਟ ਸਪੋਰਟ ਕਮਿਊਨੀਕੇਸ਼ਨ ਇਸ ਤਰੀਕੇ ਦੇ ਨਾਲ ਇਨਵਾਇਰਮੈਂਟ ਦੀਆਂ ਰਿਲੇਟਿਡ ਪ੍ਰੋਬਲਮਸ ਨੂੰ ਲੋਕਾਂ ਨੂੰ ਦੱਸ ਕੇ ਉਹਨਾਂ ਨੂੰ ਉਹਨਾਂ ਬਾਰੇ ਇਨਫੋਰਮੇਸ਼ਨ ਦੇ ਕੇ ਉਹਨਾਂ ਨੂੰ ਅਵੇਅਰ ਕਰਕੇ ਉਹਨਾਂ ਦੇ ਕਮੈਂਟਸ ਲੈ ਕੇ ਮੋਰ ਓਵਰ ਮੀਡੀਆ ਜ਼ਿਆਦਾ ਤੋਂ ਜ਼ਿਆਦਾ ਇਨਵਾਇਰਮੈਂਟਲ ਸੋਲੂਸ਼ਨਸ ਦੇ ਉੱਤੇ ਡਿਸਕਸ਼ਨਸ ਕਰਕੇ ਇਸ ਤਰੀਕੇ ਦੇ ਨਾਲ ਇਨਵਾਇਰਮੈਂਟ ਦੀ ਪ੍ਰੋਟੈਕਸ਼ਨ ਦੇ ਵਿੱਚ TSC ਆਪਣਾ ਇੰਪੋਰਟੈਂਟ ਰੋਲ ਜਿਹੜਾ ਹੈ ਉਹ ਪਲੇ ਕਰ ਰਿਹਾ ਹੈ ਤੁਸੀਂ ਵੀ ਦੇਖਿਆ ਹੋਏਗਾ ਇਸ ਟਾਈਮ 'ਤੇ ਵੀ ਬਹੁਤ ਸਾਰੀਆਂ ਐਡਵਰਟੀਜ਼ਮੈਂਟਸ ਇੱਦਾਂ ਦੀਆਂ ਆਉਂਦੀਆਂ ਹੈ ਮੋਰ ਓਵਰ ਬਹੁਤ ਸਾਰੇ ਪ੍ਰੋਗਰਾਮਸ ਦੇ ਵਿੱਚ ਇਹ ਸਾਨੂੰ ਮੈਸੇਜ ਦਿੱਤਾ ਜਾਂਦਾ ਹੈ ਕਿ ਸਾਨੂੰ ਆਪਣੇ ਇਨਵਾਇਰਮੈਂਟ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਹੁਣ ਜਿੱਦਾਂ COVID-19 ਦੀ ਜੋ ਸਮੱਸਿਆ ਆਈ ਹੈ ਹੁਣ ਵੀ ਬਹੁਤ ਸਾਰੇ ਮੀਡੀਆ ਚੈਨਲਸ ਇਹ ਦੱਸ ਰਹੇ ਹਨ ਕਿ ਕਿਸ ਤਰੀਕੇ ਦੇ ਨਾਲ ਕੁਦਰਤ ਜਿਹੜੀ ਹੈ ਇਸ ਟਾਈਮ ਦੇ ਉੱਤੇ ਬਿਲਕੁਲ ਖਿੜ ਗਈ ਹੈ ਜਾਂ ਇਹ ਕਹਿ ਰਹੇ ਹੋ ਕਿ ਇਨਵਾਇਰਮੈਂਟ ਦੇ ਵਿੱਚ ਪੋਲਿਊਸ਼ਨ ਜਿਹੜਾ ਹੈ ਘੱਟ ਗਿਆ ਹੈ ਸੋ ਅਸੀਂ ਇਨਵਾਇਰਮੈਂਟ ਨੂੰ ਲੈ ਕੇ ਅਵੇਅਰ ਹੋ ਰਹੇ ਹਾਂ ਜੇਕਰ ਅਸੀਂ ਅਵੇਅਰ ਹੋਵਾਂਗੇ ਤਾਂ ਹੀ ਅਸੀਂ ਇਨਵਾਇਰਮੈਂਟਲ ਪ੍ਰੋਬਲਮਸ ਨੂੰ ਸੋਲਵ ਕਰ ਸਕਦੇ ਹਾਂ ਅਤੇ ਇਸ ਦੇ ਸੋਲਿਊਸ਼ਨ ਦੇ ਵਿੱਚ ਸਭ ਤੋਂ ਇੰਪੋਰਟੈਂਟ ਰੋਲ ਕੌਣ ਪਲੇ ਕਰਦਾ ਹੈ ਕਮਿਊਨੀਕੇਸ਼ਨ ਐਂਡ ਮੈਸ ਮੀਡੀਆ ਚੈਨਲਸ ਥੈਂਕ ਯੂ